ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ہاں جی، ਸਤਿ ਸ਼੍ਰੀ ਅਕਾਲ ਜੀ، ਅਸਲਾਮ ਅਲੈਕੁਮ ਦੋਸਤੋ। ਅੱਜ ਸਵੇਰ ਦਾ ਵਲੌਗ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਇਹ ਸਾਡੇ ਚੈਨਲ ਨੇ ਨਵਾਂ ਕੰਮ ਸਟਾਰਟ ਕੀਤਾ ਜੀ। ਪਾਰਟੀਸ਼ਨ ਵੀ ਸਟੋਰੀਆਂ ਅਸੀਂ ਪਾਵਾਂਗੇ ਅਤੇ ਨਾਲ ਲੋਕਾਂ ਦੀ ਅਤੇ ਦੋਸਤਾਂ ਦੀ ਫਰਮਾਇਸ਼ ਦੇ ਉੱਤੇ ਨਾਲ ਨਾਲ ਹਰ ਹਫ਼ਤੇ ਇੱਕ ਨਵੇਂ ਤੋਂ ਨਵਾਂ ਵਲੌਗ ਵੀ ਲੈ ਕੇ ਆਵਾਂਗੇ ਪਿੰਡ ਦੀ ਖੂਬਸੂਰਤੀ, ਪੰਜਾਬ ਦੀ ਖੂਬਸੂਰਤੀ ਦਿਖਾਉਣ ਵਾਸਤੇ। ਕਿਉਂਕਿ ਸਾਡੇ ਚੈਨਲ ਦਾ ਨਾਂ ਹੀ ਸਭ ਦਾ ਪੰਜਾਬ ਹੈ ਅਤੇ ਅਸੀਂ ਚਾਹੁੰਦੇ ਹਾਂ ਜੀ ਸਭ ਦਾ ਪੰਜਾਬ ਉਹਨਾਂ ਨੂੰ ਨਜ਼ਰ ਵੀ ਆਵੇ ਅਤੇ ਦੁਖੀ ਕਹਾਣੀਆਂ ਅਤੇ ਬਹੁਤ ਸੁਣ ਲਈਆਂ ਅਤੇ ਉਮੀਦ ਕਰਦੇ ਹਾਂ ਜੀ ਅਸੀਂ ਹੋਰ ਵੀ ਤੁਹਾਨੂੰ ਸੁਣਾਉਂਦੇ ਰਹਾਂਗੇ ਅਤੇ ਨਾਲ ਨਾਲ ਪੰਜਾਬ ਦੀ ਹਰਿਆਲੀ ਅਤੇ ਪੰਜਾਬ ਦੇ ਜੋ ਅੱਜ ਕੱਲ੍ਹ ਹਸ਼ਰ ਹੋ ਰਿਹਾ ਅਤੇ ਜੋ ਜੋ ਚੀਜ਼ਾਂ ਲੋਕ ਇਗਨੋਰ ਕਰਦੇ ਨੇ ਪੰਜਾਬ ਦੀਆਂ ਅਤੇ ਜਿਨ੍ਹਾਂ ਦਾ ਦਿਲ ਕਰਦਾ ਪੰਜਾਬ ਨੂੰ ਦੇਖਣ ਵਾਸਤੇ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਸਾਰਿਆਂ ਵੀਰਾਂ ਨੂੰ, ਸਾਰਿਆਂ ਦੋਸਤਾਂ ਨੂੰ ਉਮੀਦ ਕਰਦੇ ਹਾਂ ਜੀ ਜਿਸ ਤਰ੍ਹਾਂ ਸਾਨੂੰ ਪਹਿਲਾਂ ਪਿਆਰ ਦਿੱਤਾ ਇਸ ਤਰ੍ਹਾਂ ਹੀ ਇਹ ਸਾਡਾ ਨਵਾਂ ਐਪੀਸੋਡ ਜਿਹਦਾ ਨਾਂ ਹੈ ਲਾਈਫ ਸਟਾਈਲ ਪੰਜਾਬ। ਠੀਕ ਹੈ, ਅਸੀਂ ਇਹ ਸ਼ੁਰੂ ਕਰਨ ਜਾ ਰਹੇ ਹਾਂ, ਸਾਡਾ ਤੁਸੀਂ ਸਾਥ ਦੇਣਾ ਅਤੇ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਨਾ ਅਤੇ ਚੈਨਲ ਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਅਤੇ ਸਾਡਾ ਹੌਸਲਾ ਬੁਲੰਦ ਕਰਦੇ ਰਹੋ। ਅਸੀਂ ਇਸੇ ਤਰ੍ਹਾਂ ਹੀ ਨਵੇਂ ਤੋਂ ਨਵੇਂ ਪਿੰਡ ਜਾ ਕੇ ਨਵੇਂ ਤੋਂ ਨਵਾਂ ਵਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਏਗੀ ਅੱਜ ਦੀ ਇਹ ਵੀਡੀਓ। ਕੀ ਹਾਲ ਚਾਲ ਹੈ, ਕਿੱਧਰ ਚੱਲੇ ਹੋ, ਕਿੱਧਰ ਜਾ ਰਹੇ ਹੋ, ਪੱਠੇ ਲੈਣ, ਪੱਠੇ ਵੱਢ ਲੈਂਦੇ ਹੋ, ਨਹੀਂ ਵੱਢ ਲੈਂਦੇ ਹੋ ਪੱਠੇ, ਇਸ ਉਮਰ ਦੇ ਪੱਠੇ ਵੱਢ ਲੈਂਦੇ ਹੋ, ਇਸ ਉਮਰ ਦੇ ਪੱਠੇ ਵੱਢ ਲੈਂਦੇ ਹੋ। ਜੀ ਬਜ਼ੁਰਗ ਥੋੜਾ ਉੱਚੀ ਸੁਣਦੇ ਨਾ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਸੁਬਹਾ ਸੁਬਹਾ ਹੀ ਪੱਠੇ ਲੈਣ ਆ ਗਏ ਹੋ, ਦੇਖੋ ਜੀ ਸੁਬਹਾ ਸੁਬਹਾ ਮੁੰਡਾ ਚਾਰਾ ਲਾਇਆ ਮੱਝਾਂ ਦਾ ਤੇ ਮੋਟਰਸਾਈਕਲ ਉੱਤੇ ਇਹਨੇ ਲੈ ਜਾਣਾ, ਇਹਨੇ ਪੱਠੇ ਲੋਕਾਂ ਨੇ ਰੇਹੜੀਆਂ ਬਣਾਈਆਂ ਤੇ ਇਹਨੇ ਮੋਟਰਸਾਈਕਲ ਬਣਾਇਆ। ਇਹ ਜੀ ਜਵਾਰ ਦਾ, ਅਸੀਂ ਹਿੰਦੀ ਅਤੇ ਉਰਦੂ ਚੈਨਲਾਂ ਦੇ ਵਲੌਗ ਬੜੇ ਦੇਖੇ ਅਤੇ ਮੇਰਾ ਵੀ ਦਿਲ ਕੀਤਾ ਜੀ ਅਸੀਂ ਪੰਜਾਬੀ ਵਲੌਗ ਵੀ ਬਣਾਈਏ, ਕਿਉਂਕਿ ਪੰਜਾਬ ਦੇ ਰਹਿਣ ਸਹਿਣ ਦੇ ਉੱਤੇ ਵੀ ਜ਼ਰੂਰੀ ਹੈ, ਚੀਜ਼ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਪੰਜਾਬੀ ਭਰਾ ਦੁਨੀਆ ਦੇ ਵਿੱਚ ਹਰ ਪਾਸੇ ਫੈਲੇ ਨੇ। ਪੰਜਾਬੀ ਕਲਚਰ ਹਮੇਸ਼ਾ ਜ਼ਿੰਦਾ ਰਹਿਣਾ ਚਾਹੀਦਾ,
ਇਹਦੇ ਵਾਸਤੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਸਾਰੇ ਵੀਰ ਕੋਸ਼ਿਸ਼ਾਂ ਕਰ ਰਹੇ ਨੇ। ਤੁਸੀਂ ਕਵੇ ਦੀ ਆਵਾਜ਼, ਮਿੱਠੀ ਆਵਾਜ਼ ਸੁਣਦੇ ਹੋਵੋਗੇ, ਸ਼ਹਿਰਾਂ ਦੇ ਵਿੱਚ ਮਿਲਣ ਨੂੰ ਨਹੀਂ ਮਿਲਦੀ, ਨਾ ਹੀ ਸੁਣਨ ਨੂੰ ਮਿਲਦੀ ਹੈ, ਨਾ ਹੀ ਕਵਿਆ ਵੇਖਣ ਨੂੰ ਮਿਲਦਾ। ਪਈ ਹੈ ਜੀ ਜਿਹਨੂੰ ਪੰਜਾਬੀ 'ਚ ਤਰੇਲ ਵੀ ਕਹਿੰਦੇ ਨੇ, ਤੁਸੀਂ ਦੇਖ ਰਹੇ ਹੋ। ਜੀ ਪੱਠੇ ਵੱਢ ਰਿਹਾ ਲੜਕਾ ਮਸੀਮ, ਬੜਾ ਮਿਹਨਤ ਵਾਲਾ ਕੰਮ ਹੈ। ਸੁਬਹ ਸਵਖਤੇ ਦਿਨ ਚੜ੍ਹਦੇ ਲੱਸੀ ਪੀ ਕੇ ਆਇਆ ਕਿ ਨਹੀਂ, ਠੀਕ ਹੈ ਜੀ। ਸਿਰਫ ਨਾਸ਼ਤਾ ਨਹੀਂ ਕੀਤਾ, ਲੱਸੀ ਨਾਸ਼ਤਾ ਸਿਰਫ ਲੱਸੀ ਹੈ ਜਾਣੀ, ਅਤੇ ਕਰਕੇ ਪੱਠੇ ਇਹਨਾਂ ਨੇ ਪੂਰਾ ਰੇੜਾ ਲੈ ਕੇ ਜਾਣਾ, ਉਸ ਤੋਂ ਬਾਅਦ ਫਿਰ ਜਾ ਕੇ ਨਾਸ਼ਤਾ ਕਰਨਾ। ਤੁਸੀਂ ਦੇਖ ਰਹੇ ਹੋਣੇ ਹੋ ਪਸੀਨੋ ਪਸੀਨੀ ਹੋ ਗਿਆ ਲੜਕਾ। ਦੁੱਧ ਪੀਣਾ ਵੀ ਸੌਖਾ ਨਹੀਂ ਜੀ, ਅਤੇ ਚਾਵਲ ਖਾਣਾ ਵੀ ਸੌਖਾ ਨਹੀਂ, ਮਿਹਨਤ ਹੈ। ਅਗਰ ਜ਼ਿਮੀਦਾਰ ਨੂੰ ਫਲ ਵੀ ਮਿਲੇ ਨਾ ਇਹਦਾ, ਫਿਰ ਸਵਾਦ ਆਉਂਦਾ। ਲੇਕਿਨ ਸਾਡੀਆਂ ਜਿਹੜੀਆਂ ਹਕੂਮਤਾਂ ਤੇਲ ਵਧਾਈ ਜਾ ਰਹੀਆਂ, ਖਲ ਦੀ ਰੇਟ ਵਧਾਈ ਜਾ ਰਹੀ ਹੈ, ਲੇਕਿਨ ਦੁੱਧ ਦਾ ਰੇਟ ਥੱਲੇ ਆਈ ਜਾ ਰਿਹਾ, ਖਾਸ ਕਰ ਪਿੰਡਾਂ 'ਚ। ਸ਼ਹਿਰਾਂ 'ਚ ਤਾਂ ਬਹੁਤ ਜ਼ਿਆਦਾ ਕਰ ਦਿੱਤਾ, ਡੀਲਰਾਂ ਦੇ ਉੱਤੇ ਹੈ, ਜਿੱਥੇ ਉਹ ਮਰਦੀ ਗਾਹਕ ਨੂੰ ਲੈ ਜਾਣ। ਲੇਕਿਨ ਜੋ ਪੰਜਾਬੀਆਂ ਨਾਲ ਹੋ ਰਹੀ ਹੈ, ਇਹ ਹੋਰ ਕਿਸੇ ਪਾਸੇ ਨਹੀਂ ਹੋ ਰਹੀ। ਇੰਨੀ ਗਰਮੀ 'ਚ ਬਜ਼ੁਰਗ ਪੱਠੇ ਵੱਢ ਰਹੇ ਨੇ, ਹਾਂਜੀ ਲੈ ਹਾਲੇ ਵੱਢ ਰਹੇ ਨੇ। ਪਿੰਡਾਂ ਦੇ ਰੁੱਖ ਅਗਰ ਦੇਖੇ ਜਾਣ, ਪਿੰਡ ਵੱਲ ਜਾਈਏ, ਅੱਜ ਕੱਲ੍ਹ ਖੇਤਾਂ ਦੇ ਵਿੱਚ ਰੁੱਖ ਜਿਵੇਂ ਦਰਖਤ ਕਹਿੰਦੇ ਨੇ, ਬਹੁਤ ਘੱਟ ਹੋ ਗਿਆ। ਅਗਰ ਸ਼ਹਿਰਾਂ ਦੇ ਵਿੱਚ ਦਰਖਤ ਕੱਟ ਕੇ ਉਹਨਾਂ ਦੇ ਵਿੱਚ ਘਰ ਬਣ ਰਹੇ ਨੇ, ਜੰਗਲਾਤ ਕੱਟ ਕੇ ਘਰ ਬਣ ਰਹੇ ਨੇ, ਇਸੀ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਕੱਟ ਕੇ ਜ਼ਿਮੀਦਾਰ ਤੋਂ ਇੰਨੀ ਕੁ ਬੇਰੁਜ਼ਗਾਰੀ ਹੋ ਗਈ ਹੈ, ਕਿਉਂਕਿ ਨਾ ਫਸਲਾਂ ਦੇ ਦਾਮ, ਨਾ ਹੀ ਉਹਦੀ ਜੋ ਸਬਜ਼ੀ ਦੇ ਦਾਮ, ਨਾ ਹੀ ਉਹਦੇ ਦੁੱਧ ਦੇ ਦਾਮ ਮਿਲਦੇ ਨੇ। ਉਹ ਹੋਰ ਕੀ ਕਰੇ, ਉਹ ਇਸੇ ਤਰ੍ਹਾਂ ਹੀ ਦਰਖਤ ਵੱਢਣ 'ਤੇ ਵੀ ਮਜਬੂਰ ਹੋ ਗਿਆ। ਇਹ ਸਾਡੀ ਹਕੂਮਤਾਂ ਨੂੰ ਵੀ ਚਾਹੀਦਾ ਕਿ ਰਿਲੀਫ ਦੇਵੇ ਪੰਜਾਬ ਨੂੰ, ਪੰਜਾਬੀਆਂ ਨੂੰ, ਅਤੇ ਜ਼ਿਮੀਦਾਰਾਂ ਨੂੰ ਖਾਸ ਕਰਕੇ, ਕਿ ਉਹ ਆਪਣੀ ਫਸਲ ਬੀਜਣ ਵਾਸਤੇ ਇਹ ਡੀਜ਼ਲ, ਇਹ ਸਪਰੇਵਾਂ, ਇਹ ਖਾਦਾਂ, ਇਹਨਾਂ ਦੇ ਵਿੱਚ ਰਿਲੀਫ ਮਿਲਣੀ ਚਾਹੀਦੀ ਹੈ। ਅਤੇ ਹੋਰ ਅਸੀਂ ਪੰਜਾਬ ਦੇ ਬਾਕੀ ਚੀਜ਼ਾਂ ਦੇ ਉੱਤੇ ਵੀ ਵੀਡੀਓਜ਼ ਬਣਾਵਾਂਗੇ। ਅੱਜ ਸੁਬਹਾ ਦਾ ਵਲੋਗ ਇਹ ਪੰਜਾਬ ਦੇ ਕਲਚਰ ਉੱਤੇ ਅਤੇ ਪੰਜਾਬ ਦੇ ਪਿੰਡਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਉਮੀਦ ਕਰਦੇ ਹਾਂ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਅਤੇ ਇਸੇ ਤਰ੍ਹਾਂ ਹੀ ਸ਼ੇਅਰ ਕਰਦੇ ਰਹੋਗੇ, ਅਤੇ ਆਪਣਾ ਪਿਆਰ ਵਿਖਾਉਂਦੇ ਰਹੋਗੇ। ਇਹ ਚੈਨਲ ਸਿਰਫ ਪੰਜਾਬੀਆਂ ਦਾ ਨਹੀਂ, ਇਹ ਮਾਂ ਬੋਲੀ ਹਿੰਦੀ, ਉਰਦੂ ਅਤੇ ਪੰਜਾਬੀ, ਜਿੰਨੇ ਵੀ ਜੋ ਵੀ ਇਹ ਸਮਝ ਸਕਦਾ, ਦੇਖ ਸਕਦਾ, ਇਹ ਉਹਨਾਂ ਸਾਰਿਆਂ ਦਾ ਚੈਨਲ ਹੈ।